सत श्री अकाल बई जी सारिआं नूं जिन्ने भी फतेह प्रोडक्शन देखने वाले ने ते बई चीना मानसा दे कोल पहुंचे हुए हैं जी ते बई तों आपां कबूतर देखदे हां इहनां दे ते इह किहड़े कबूतरां च बई इह बई जिहड़े 69 नंबर नहीं कहिंदे साडे वाले पते जिहड़े कबूतर वाजे अपने कोल जांदे आ ठीक है जी इह 69 नंबर दा सरों पोता बई ਆਹ ਦੇਖ ਸਕਦੇ ਹੋ ਜੀ ਜਾਨਵਰ ਤੁਸੀਂ ਇਹ ਆ ਪੀਰਵਾਲ ਫਰਜ ਜਿੱਤਿਆ ਹੋਇਆ ਜੀ ਬਾਈ ਇਸ ਸਾਲ ਜਿੱਤਿਆ ਸੀ ਬਾਈ ਨਹੀਂ ਪਹਿਲਾਂ ਜਿੱਤਿਆ ਬਾਈ 2-3 ਸਾਲ ਹੋ ਗਏ ਮੋਟਰ ਜਿੱਤੇ ਪੀਰਵਾਲ ਮੋਟਰਸਾਈਕਲ ਵੀ ਆਪਾਂ ਬਾਈ ਉਦੋਂ ਪਹਿਲਾਂ ਜਿੱਤਿਆ ਇਹ ਹੁਣ ਬਾਈ ਛੱਡਣਾ ਕਿਤੇ ਕਿ ਬੱਚਿਆਂ 'ਚ ਪਤਾ ਨਹੀਂ ਬੱਚਿਆਂ ਵਾਲਾ ਬਾਈ 3-4 ਸਾਲ ਦਾ ਕਬੂਤਰ ਠੀਕ ਹੈ ਜੀ ਠੀਕ ਹੈ ਹਾਂ ਜੀ ਇਹ ਕਿਹੜਿਆਂ 'ਚ ਬਾਈ ਇਹ ਬਾਈ ਮੁੱਲ ਵਾਲਿਆਂ ਦਾ ਰਾਕਟ ਕਬੂਤਰ ਬਾਈ ਦੇ ਇੱਕ ਆ ਜਿਹੜੇ ਬਾਈ ਗੁਜਾਰ ਦੇ ਜਿਵੇਂ ਪੁੱਛ ਵਾਲੇ ਹੋ ਗਏ ਉਹਨਾਂ ਦੀ ਵੀ ਅੱਧ ਇਹਨਾਂ ਦਾ ਠੀਕ ਹੈ ਜੀ ਇਹ ਬਾਈ ਰਾਕਟ ਕਿਵੇਂ ਨਾਮ ਪਿਆ ਇਹਨਾਂ ਦਾ ਇਹ ਬਾਈ ਘਰੇ ਡਾਵੇ ਵਾਲੇ ਆ ਭੈੜੇ ਕਬੂਤਰ ਨੇ ਕਿੰਨਾ ਕੁੱਟ ਜਾਂਦੇ ਘਰੇ ਬਾਈ ਇਹ ਹੋਰਲੀ ਉੱਡ ਜਾਂਦੇ ਦਿਨ ਦੇ ਹਿਸਾਬ ਨਾਲ ਆ ਬਾਈ ਜਿਵੇਂ ਐਤਕੀ ਸੀ ਹੁਣ ਐਤਕੀ ਤਾਂ ਕਿਸੇ ਕਬੂਤਰ ਦੋ ਵੀ ਨਹੀਂ ਵੱਜਦੇ ਸੀਗੇ ਠੀਕ ਹੈ ਜੀ ਅਤੇ ਜਿਹੋ ਜਿਹਾ ਮੌਸਮ ਹੁੰਦਾ ਬਾਈ ਮੌਸਮ ਭੈੜੇ ਕਬੂਤਰ ਆ ਬਾਈ ਜੇ ਮੰਨ ਲਓ ਦੂਜੇ ਕਬੂਤਰ 1 ਵਜੇ ਬਹਿੰਦੇ ਤਾਂ 4 ਵਜੇ ਬਹਿੰਦੇ ਇਹਨਾਂ ਦਾ ਦੇਖਿਆ ਵੀ ਰਿਜ਼ਲਟ ਛੱਡਿਆ ਕਿਤੇ ਬਾਈ ਬਹੁਤ ਛੱਡੇ ਇਹਨਾਂ ਦੇ ਰਾਕਟਾਂ ਦੇ ਬਾਈ ਕੀ ਰਿਜ਼ਲਟ ਮਿਲਿਆ ਬਾਈ ਫਿਰ ਇਹਨਾਂ ਦਾ ਬੰਬ ਹੀ ਕੱਢਦੇ ਬਾਈ ਤਾਂ ਪੂਰਾ ਸਿਰਾ ਫੁੱਲ ਭੈੜੇ ਕਬੂਤਰ ਪਰ ਫਿਰ ਬੱਚਿਆਂ 'ਚ ਪਤਾ ਇਹ ਹਾਂ ਵੀਰੇ ਹੋਰ ਵੀ ਦਿਖਾ ਦਿਓ ਬਈ ਜਾਨਵਰ ਵੱਡਾ ਮੁੱਲ ਵਾਲਾ ਫੜ ਲਾ ਕੋਈ ਫੜਦੇ ਆ ਚੌਲੀ ਦਾ ਭਰਾ ਜਿਹੜਾ ਮਰਜ਼ੀ ਬਾਕੀ ਆਏ ਨਾ ਬਈ ਜੋੜੇ ਬਹੁਤ ਲਾਤੇ ਇਹ ਜਿਹੜੇ ਕਬੂਤਰਾਂ ਨੇ ਪਿਓਰ ਪਿਓ ਕਰਾਏ ਸੈਲਾਂ 'ਚ ਇਹਨਾਂ ਨੂੰ ਰੈਸਟ ਕਰਾਵਾਂਗੇ 15 ਕੁ ਦਿਨ ਖੁਰਾਕ ਪਾਈ ਜਾਂਦੇ ਹਾਂ ਠੀਕ ਹੈ ਜੀ ਹਾਂ ਬਾਕੀ ਤਾਂ ਵੱਡੇ ਕਬੂਤਰ ਘਰੇ ਆ ਬਈ ਮਾਨਸਾ ਮੇਰੇ ਕੋਲ ਜਿਹੜੇ ਮੇਨ ਨੇ ਜਾਂ ਮੌੜੀ ਨੇ ਬਾਈ ਕੋਲ ਬੰਦੂ ਕੋਲ ਇੱਥੇ ਇਕੱਲੇ ਛੱਡਣ ਵਾਲੇ ਇੱਥੇ ਹਾਂ ਬਾਈ ਜੇ ਜੋੜੇ ਤੱਕੀ 20 ਘਰ ਇੱਥੇ ਵੀ ਲਾਏ ਨੇ ਬਹੁਤ ਜਿਹੜੇ ਜਿਹਨਾਂ ਨਾਲ ਜਾਨ ਟੁੱਟਦੀ ਉਹ ਸਾਰੇ ਘਰੇ ਆ ਉਹੀ ਗੱਲ ਵੀ ਜਿਹੜੇ ਬ੍ਰਹਮਾਸਤਰ ਨੇ ਉਹ ਘਰੇ ਆ ਹਾਂ ਬਾਈ ਠੀਕ ਹੈ ਜੀ ਇਹ ਕਿਹੜਿਆਂ 'ਚੋਂ ਬਾਈ ਇਹ ਤਾਂ ਉਹੀ ਫੜਤਾ ਤਾ ਪਰ ਬੱਪੀਆਂ ਵਾਲਾ ਫੜਦੇ ਉਹ ਦੂਜਾ ਆਪਣਾ ਗਾਜੇਵਾਸ ਵਾਲਾ ਬਾਈ ਬੈਠੇ ਕਬੂਤਰ ਦੀ ਕੋਈ ਹੋ ਸਕਦੀ ਹੈ ਪਰਖ ਬੈਠੇ ਦੀ ਬਈ ਪਰਖ ਕੋਈ ਨਹੀਂ ਜਿਹੜਾ ਤੁਹਾਨੂੰ ਦੱਸਿਆ ਵੀ ਨਸਲ ਮਾਲਕ ਨੂੰ ਪਤਾ ਵੀ ਮੇਰਾ ਕਿਹੜਾ ਕਬੂਤਰ ਹੈ ਠੀਕ ਹੈ ਜੀ ਆਹ ਵੀ ਬਾਈ ਸਰੋਂ 69 ਨੰਬਰ ਦਾ ਜੇ ਆਪਾਂ ਕਹਿ ਦਈਏ ਇਹ ਨਹੀਂ ਸੁੱਕੇ ਸਾਕੇ ਕੀ ਜਾਂਦੇ ਇਹਨਾਂ ਦੇ ਬਾਈ ਲਾ ਦਿਓ ਸਰੋਂ 69 ਨੰਬਰ ਦਾ ਪੁੱਤ ਆ ਬਾਈ ਇਹ ਵੀ ਠੀਕ ਹੈ ਜੀ ਇਹਦਾ ਬਾਈ ਕੀ ਰਿਜ਼ਲਟ ਮਿਲਿਆ ਹੋਇਆ ਕਬੂਤਰ ਦਾ ਇਹਦਾ ਹਟਦਾ ਹੀ ਨਹੀਂ ਬਾਈ ਠੀਕ ਹੈ ਸਹੀ ਛੁੱਟ ਜੇ ਜੇ ਆਪਣਾ ਵਧੀਆ ਸਾਂਭ ਕੇ ਛੱਡਿਆ ਹੋਇਆ ਘਰੋਂ ਘਰੋਂ ਨਾ ਗਿਆ ਹੋਵੇ ਬਾਈ ਬੰਬ ਕਬੂਤਰ ਹੀ ਜਮਾਂ ਤੇ ਬਾਈ ਜਿਵੇਂ ਆ ਪਹਿਲਾਂ ਗੱਲ ਕਰੀ ਸੀ ਰਾਜਨ ਵਾਲੇ ਕਬੂਤਰਾਂ ਦੀ ਪਛਾਣ ਦੀ ਕੋਈ ਰਾਜਨ ਵਾਲਾ ਬਾਈ ਦਿਖਾ ਦਿਓ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਪਿਓਰ ਜਾਏਗਾ ਫੜੀ ਯਾਰ ਵੱਡਾ ਮੁੱਲ ਵਾਲਾ ਮੌਜੇ ਫੜਦੇ ਮੌੜਨੇ ਦੇ ਭਰਾ ਬਾਈ ਜਿਵੇਂ ਮੌਜੇ ਕਬੂਤਰ ਦੀ ਤੁਸੀਂ ਗੱਲ ਕਰੀ ਹੈਗੀ ਮੌਜੇ ਕਬੂਤਰ ਦਾ ਕੋਈ ਹੁੰਦਾ ਬਾਈ ਪਹਿਲਾਂ ਫਰਕ ਕੱਢ ਦਿੰਦੇ ਨੇ ਬਾਈ ਆਹ ਦੋ ਮੌਜੇ ਕੱਢੇ ਹੋਏ ਆ ਮੌੜਾਂ ਦੀ ਪੂਛ 'ਚ ਖੰਭ ਕਾਲਿਆ ਕਾਲੀ ਨੋਕ ਹੈ ਠੀਕ ਹੈ ਜੀ ਅਤੇ ਇਹਦੇ ਹੋਰ ਭੈਣਾਂ ਨਹੀਂ ਕਈ ਮਤਲਬ ਐਂ ਜ਼ਰੂਰੀ ਨਹੀਂ ਹੈਗਾ ਜੀ ਮਾਂ ਜਾਂ ਪਿਓ ਮੌਜਾ ਵਿੱਚੋਂ ਕੱਢ ਦੂਰ ਖੱਟੀਆਂ ਇੱਕ ਉਧਰ ਨਹੀਂ ਫਿਰਦੀ ਇੱਕ ਫੜੀਆਂ ਸਰਬ ਠੱਲ ਸਾਹਮਣੇ ਖੱਟੀਆਂ ਇੱਕੋ ਹੀ ਆ ਉਦੋਂ ਕੈਮਰਾ ਫੜ ਲੱਗ ਇੱਥੇ ਰੱਖਦੇ ਬਾਈ ਕੋਈ ਨਹੀਂ ਥੱਲੇ ਰੱਖਦੇ ਇਹਨੂੰ ਫੜਾ ਮੌਜਾ ਆਹ ਹੁਣ ਬਾਈ ਪਿਓ ਪੁੱਤ ਆ ਇਹਦੀ ਬਣਤਰ ਕਿਹੋ ਜੀ ਆ ਕੋਈ ਇਹਦੇ ਮੌਜ ਮੂਜ ਨਹੀਂ ਹੈਗੀ ਆ ਦੇਖ ਹਾਂਜੀ ਆਹ ਇਹਦਾ ਪੁੱਤ ਆ ਇਹਦੀ ਇਹ ਮੌਜਾ ਬਾਈ ਇਹਦਾ ਆਪ ਹੀ ਕੱਢ ਕੱਢਦੇ ਗਾ ਪਿੱਛੇ ਪੁੱਛੇ ਤੇ ਬਾਈ ਕੋਈ ਹੋਊਗਾ ਨਾਨੀ ਘਰਾਨੀ ਇਹਦੀ ਠੀਕ ਹੈ ਉਹ ਫਿਰ ਅੱਗੇ ਆ ਜਾਂਦਾ ਹਾਂ ਬਾਈ ਨੰਬਰ ਕਿਵੇਂ ਦੇ ਛੇ ਨਾ ਚੱਲ ਲੈ ਜਾਂਦਾ ਇਹ ਰਾਜਨ ਵਾਲਿਆਂ ਚੋਂ ਬਾਈ ਜਮਾਂ ਬਾਈ ਪਿਓਰ ਅੱਛਾ ਇਹਦੀ ਬਾਈ ਫਿਰ ਕੀ ਪਰਖ ਹੁੰਦੀ ਹੈਗੀ ਵੈਸੇ ਇਹ ਬਾਈ ਕਾਲੀਆਂ ਨੋਕਾਂ ਖੱਟੀਆਂ ਅੱਖਾਂ ਨੇ ਡਾਵੇ ਕਬੂਤਰ ਨੇ
ਆਂਦੇ ਬਰਖਾ ਭਾਈ ਜਿੱਤਲਾਂ ਦੇ ਘਰੇ ਵੱਧ ਉੱਡਦੇ ਆਹੀ ਬਰਖਾ ਹਾਂ ਵੀਰੇ ਠੀਕ ਆ ਆਹ ਦੇਖ ਸਕਦੇ ਹੋ ਬਾਈ ਤੁਸੀਂ ਪਿਓਰ ਰਾਜਨ ਵਾਲੇ ਇਹੋ ਜਿਹੇ ਸਕਾ ਭਰਾ ਬਾਈ ਮੋੜਵਾਲੀ ਦਾ ਆਹ ਬਾਈ ਇੱਕ ਹੀ ਛੱਡੀ ਆ ਤੇ 10 ਰੋਕ ਕੇ ਆ ਕਹਿੰਦੇ ਨਹੀਂ ਬਾਈ ਛੱਡੇ ਸਰੋਂ ਉਹਦਾ ਮੈਂ ਠੀਕ ਆ ਜੀ ਵੱਡੇ ਕੂਤਰ ਦਾ ਆਹ ਪੁੱਤ ਪੁੱਤ ਹੀ ਛੱਡਦੇ ਰੁੱਕ ਗਈ ਆ ਸਾਰੇ ਹਾਂ ਬਾਈ ਆਹ ਉਹਦੀ ਭੈਣ ਆ ਬਾਈ ਚੌਵੜੀ ਦੀ ਇਹ ਵੀ ਘਰੇ ਬਾਜੀ ਨਵੇੜ ਸੀ ਰੋਕੀ ਹੋਈ ਆ ਇਹ ਆਪਣੇ ਚਾਚਾ ਜੀ ਕਹਿੰਦੇ ਆ ਬਾਈ ਦਵਿੰਦਰ ਆ ਮੁੰਡਾ ਅਤੇ ਚਾਚਾ ਸ਼ੇਰ ਆ ਸਮਾਲ ਸਰ ਤੋਂ ਉਹਨਾਂ ਦੇ ਕਬੂਤਰ ਹੀ ਲਾ ਹੁਣ ਤੋਂ ਲਿਆਉਂਦਾ ਕਬੂਤਰ ਸ਼ਾਖ ਆ ਇਹ ਚੌ ਜਿੱਤੀ ਸੀ ਲੋਕਡਾਊਨ 'ਚ ਜਿਹੜੀ ਉਹ ਵੀਡੀਓ ਥਾਪੀ ਥੁਪੀ ਜਿਹੜੀ ਵਾਇਰਲ ਹੋਈ ਸੀ ਬਾਈ ਠੀਕ ਉਹ ਆਏ ਥਾਪੀ ਵਾਲੀ ਵੀਡੀਓ ਵਾਲੀ ਆ ਬਾਈ ਤੁਸੀਂ ਦੇਖ ਸਕਦੇ ਹੋ ਜਿਹੜੀ ਭੈਣ ਆ ਬਾਈ ਉਹ ਚਿੱਟੀਆਂ ਅੱਖਾਂ ਦੀ ਉਹ ਮੌੜੀਆਂ ਬਾਈ ਕੋਲੇ ਉਹਦੀ ਭੈਣ ਆ ਹਾਂਜੀ ਕੈਮੀ ਝੋਲੀ ਦੀ ਬਾਈ ਇਹ ਸੇਮ ਇਹ ਉਹ ਚਿੱਟੀਆਂ ਦੇ ਖੱਟੀਆਂ ਦੇ ਸੇਮ ਝੋਲੀ ਦੀ ਸੇਮ ਇੱਕ ਝੋਲੀ ਦੀਆਂ ਦੋਨੇ ਝੋਲੀ ਰੋਕਤੀ ਸੀ ਬਾਈ ਠੀਕ ਆ ਜੀ ਇਹ ਵੀ ਐਂ ਜੇ ਕੱਢਦੇ ਨੇ ਬਾਈ ਕਬੂਤਰ ਕਿੱਥੇ ਆਪਣੀ ਲਾਈ ਕਿਹੜੀ ਲਈ ਉਹ ਲਦਾਈ ਕੇ ਬਾਈ ਨਿਸ਼ਾਨ ਲੈ ਗਿਆ ਬਾਈ ਬਾਈ ਕਹਿੰਦਾ ਮੈਂ ਪਹਿਲਾਂ ਬੱਚੇ ਕਢਾਉਣੇ ਆ ਉਹ ਵੱਡਾ ਭਰਾ ਉਹਨੂੰ ਜਵਾਬ ਨਹੀਂ ਦਿੰਦੇ ਸਿੰਗਰਾਣੇ ਵਾਲੀ ਬਾਈ ਜਿਹੜੀ ਹੁਣੀ ਜਿੱਤੀ ਸੀਗੀ ਉਸ ਦਿਨ 6 ਨੇ ਇੱਕ ਪਾਸੇ ਬੱਲੀ ਉਹ ਸਿੰਗਰ ਉਹ ਬਾਈ ਰਾਜ ਨੇ ਰੱਖ ਲਈ ਉਹ ਵੀ ਬਾਈ ਕਹਿੰਦਾ ਮਹੀਨੇ ਬਾਅਦ ਮੋੜੂਗਾ ਮੈਂ ਠੀਕ ਆ ਭਰਾ ਜਿਹੜੀ ਬਾਈ ਲਦਾਈ ਕੇ ਵਾਲੀ ਸੀ ਉਹ ਕਿਹੜੀ ਕਬੂਤਰ ਨਾਲ ਪਈ ਆ ਉਹ ਬਾਈ ਸੇਮ ਵਾਲਾ ਕਬੂਤਰ ਲਾ ਕੇ ਲੈ ਗਿਆ ਇਥੋਂ ਠੀਕ ਹੈ ਬਾਈ ਨੇ ਸੇਮ ਵਾਲਾ ਵੀ ਲੈ ਕੇ ਆਣਾ ਸੀਗਾ ਹਾਂਜੀ ਹਾਂ ਉਵੇਂ ਜੋੜਾ ਲੈ ਕੇ ਘਰੇ ਛੱਡ ਲਾਂਗੇ ਠੀਕ ਆ ਜੀ ਹਾਂਜੀ ਤੇ ਦੋਸਤੋ ਆਪਾਂ ਦੇਖਿਆ ਬਾਈ ਨੇ ਕਬੂਤਰ ਵੀ ਦਿਖਾਇਆ ਪਹਿਲਾਂ ਗੱਲਬਾਤ ਵੀ ਕਰੀ ਆ ਅਤੇ ਬਾਈ ਕੋਲੇ ਜਿਹੜੇ ਜਾਨਵਰ ਆ ਤੁਸੀਂ ਪਹਿਲਾਂ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਪੂਰੇ ਪਿਓਰ ਹੀ ਪੂਰੇ ਘੈਂਟ ਜਾਨਵਰ ਨੇ ਬਾਕੀ ਤੁਸੀਂ ਦੇਖ ਵੀ ਲਏ ਅਤੇ ਜਿਹੜੇ ਆਪਾਂ ਨੂੰ ਕਮੈਂਟ ਆਉਂਦਾ ਵੀ ਰਾਜਨ ਵਾਲੇ ਪਿਓਰ ਕਿਹੜੇ ਹੁੰਦੇ ਹੈਗੇ ਉਹ ਵੀ ਬਾਈ ਨੇ ਆਪਾਂ ਨੂੰ ਦਿਖਾਤਾ ਅਤੇ ਜਲਦੀ ਬਾਈ ਜੀ ਬਾਈ ਦੇ ਨਾਲ ਫਿਰ ਵੀ ਆਪਾਂ ਬਾਜੀਆਂ ਤੋਂ ਬਾਅਦ ਜਦੋਂ ਆ ਨਿਬੜ ਗਿਆ ਕੰਮ ਵਿਹਲੇ ਬੁਹਲੇ ਹੋ ਗਏ ਸਿਆਲਾਂ 'ਚ ਫਿਰ ਵੀ ਗੱਲਬਾਤ ਕਰਨ ਆਵਾਂਗੇ ਘੰਟੇ ਡੇਢ ਘੰਟੇ ਦੀ ਗੱਲਬਾਤ ਬਣਾਵਾਂਗੇ ਆਪਾਂ ਰਾਜਨ ਵਾਲੇ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਵੀ ਇਹ ਜੀ ਹਾਂ ਰਾਜਨ ਵਾਲੇ ਦਿਖਾ ਦਿਓ ਬਾਈ ਹੋਰ ਵੀ ਆਪਣੀਆਂ ਫੜੀਆਂ ਟੀਰੀਆਂ ਯਾਰ ਘਰੇ ਭੇਜੀਏ ਨਾ